ਡਾਕਟਰ ਦਲੀਪ ਘੋਟਿਵਾਨਾਂ ਦੀ ਪੁਸਤਕ ਯਾਤਰਾ ਦੀ ਕਹਾਣੀ ਹੈ ਗੁਨਾਹਗਾਰ ਕਿੰਨੇ ਵਰਿਆਂ ਤੋਂ ਸੁੰਦਰਾ ਬਾਹਰ ਖੜੀ ਉਹਦੀ ਗੁਫਾ ਦਾ ਬੂਹਾ ਖੜਕਾ ਰਹੀ ਸੀ ਸੁੰਦਰਾ ਉਹਦੀ ਹੱਕਦਾਰ ਸੀ ਫਰੀ ਸਵਾ ਚੋਂ ਨੂੰ ਦੇ ਦਿੱਤਾ ਗਿਆ ਸੀ ਉਹ ਇਸ ਗੱਲ ਤੋਂ ਮੁੱਕਰ ਨਹੀਂ ਸੀ ਸਕਦਾ ਉੱਥੇ ਰਹਿ ਰਿਹਾ ਸੀ ਕਰਨ ਜੋਗੇ ਸਭ ਕੰਮ ਵੀ ਕਰਦਾ ਸੀ ਪਰ ਉਹਨੂੰ ਲੱਗਦਾ ਇਹ ਸ਼ਹਿਰ ਸੁੰਦਰਾ ਦਾ ਹੈ ਇਹ ਘਰ ਸੁੰਦਰਾ ਦਾ ਹੈ ਇਸ ਸਭ ਜੰਤ ਸੁੰਦਰਾਂ ਦੇ ਨੇ ਇਹ ਸੋਚਦਾ ਆਪਣੇ ਦੇਸ਼ ਨੂੰ ਮੁੜ ਪੈਂਦਾ ਜਿੱਥੇ ਕੁਝ ਉਹਦਾ ਆਪਣਾ ਹੋਏਗਾ ਸੁੰਦਰਾਂ ਦੇ ਦੇਸ਼ ਵਿੱਚੋਂ ਚੁਰਾਈਆਂ ਇਹਨਾਂ ਘੜੀਆਂ ਲਈ ਉਹ ਗੁਨਾਹਗਾਰ ਬਣਦਾ ਖਬਰੇ ਕਿੰਨੇ ਜਨਮਾਂ ਤੋਂ ਹਰ ਵਾਰੀ ਕੋਈ ਗੋਰਖਨਾਥ ਉਹਨੂੰ ਕਿਸੇ ਸੁੰਦਰਾਂ ਦੇ ਪੱਲੇ ਪਾ ਦਿੰਦਾ ਤੇ ਹਰ ਵਾਰੀ ਉਹ ਆਪਣੇ ਅੰਦਰਲੀ ਕਿਸੇ ਗੁਫਾ 'ਚ ਜਾ ਪਨਾ ਲੈਂਦਾ ਤੇ ਸੁੰਦਰਾ ਕੁੰਡਾ ਖੜਕਾ ਖੜਕਾ ਬਿਹਾਲ ਹੁੰਦੀ ਰਹਿੰਦੀ ਹੈ ਹਰ ਵਾਰ ਸੁੰਦਰਾ ਦੇ ਦੇਸ਼ ਚ ਚੁਰਾਈਆਂ ਇਹਨਾਂ ਘੜੀਆਂ ਲਈ ਉਹ ਗੁਨਾਹਗਾਰ ਬਣਦਾ ਤੇ ਹਰ ਵਾਰੀ ਸੋਚਦਾ ਜੇ ਰੱਬ ਕਦੇ ਮਿਲੇ ਉਹਨੂੰ ਪੁੱਛਾਂ ਕਿ ਗੁਨਾਹਗਰ ਮੈਂ ਆ ਕਿ ਸੁੰਦਰਾ ਕਿ ਤੂੰ ਆਪ ਅਗਲੀ ਕਹਾਣੀ ਇਹਨਾਂ ਦੇ ਖਾਤਰ ਇਨਕੇ-ਨਕੇ ਮੂੰਹ ਕਦੇ-ਕਦੇ ਉਹਦੇ ਵੱਡੇ ਸਾਰੇ ਗਾਮ ਨੂੰ ਲੰਬਾ ਤੇ ਜਾਂਦੇ ਉਹਨਾਂ ਨੂੰ ਕਿਵੇਂ ਸਮਝਾਉਂਦੇ ਉਹ ਬਿਮਾਰ ਹੋ ਗਈ ਨਿੰਮਾ ਨਿੰਮਾ ਬੁਖਾਰ ਹੋਣ ਲੱਗ ਪਿਆ। ਦੋ ਚਾਰ ਛੁੱਟੀਆਂ ਲੈ ਲਈਆਂ। ਵਾਰੀ ਵਾਰੀ ਉਹ ਖਬਰ ਪੁੱਛਣ ਆਏ। ਸ਼ਹਿ ਦੇਸ ਕਰਕੇ ਕਿ ਉਹਦਾ ਘਰ ਨੇੜੇ ਹੀ ਸੀ। ਜਿਉ ਉਹਨਾਂ ਨੂੰ ਉਹਦਾ ਖਿਆਲ ਹੀ ਇੰਨਾ ਸੀ। ਦੋ ਬਰੇ ਹੋਏ ਉਹ ਇਸ ਸਨਾਥ ਆਸ਼ਰਮ ਵਿੱਚ ਕੰਮ ਕਰਨ ਲੱਗੀ ਸੀ। ਪਰ ਹੁਣ ਉਹਨੂੰ ਲੱਗਦਾ ਸੀ ਜਿਵੇਂ ਹਮੇਸ਼ਾ ਹਮੇਸ਼ਾ ਤੋਂ ਇਹਨਾਂ ਲੋਕਾਂ 'ਚ ਰਹਿੰਦੀ ਆ ਰਹੀ ਏ। ਜਿਨ੍ਹਾਂ ਦਾ ਇਸ ਭਰੀ ਦੁਨੀਆ 'ਚ ਕੋਈ ਨਹੀਂ। ਜਿਹੜੇ ਕਿਸੇ ਨੂੰ ਯਾਦ ਕਰਕੇ ਰੋਂਦੇ ਨਹੀਂ। ਜਿਨ੍ਹਾਂ ਲਈ ਦਾਨੀਆਂ ਦੀਆਂ ਭੇਜੀਆਂ ਚੀਜ਼ਾਂ ਵੀ ਉੱਪਰਲੇ ਲੋਕ ਹੀ ਵੰਡ ਛੰਡ ਲੈਂਦੇ ਨੇ ਉਹ ਕਿੰਨਾ ਚਿਰੋ ਨਾਲ ਤੱਕਦੀ ਰਹਿੰਦੀ ਤੇ ਹਰ ਮੂੰਹ ਦੇ ਪਿੱਛੇ ਚੁਪੀ ਕਹਾਣੀ ਟੋਲਦੀ ਰਹਿੰਦੀ ਉਹਨਾਂ ਖਾਮੋਸ਼ ਅੱਖਾਂ ਦੇ ਅਣਵੱਗੇ ਅਥਰੂ ਤੱਕਦੀ ਰਹਿੰਦੀ ਹੌਲੀ ਹੌਲੀ ਉਹਨਾਂ ਨਾਲ ਉਹਨੂੰ ਮੋਹ ਹੋਣ ਲੱਗ ਪਿਆ ਹੁਣ ਡਿਊਟੀ ਖਤਮ ਹੁੰਦੀ ਐ ਇਹ ਘਰ ਦੌੜਨ ਦੀ ਨਾ ਕਰਦੀ ਬੇਸ਼ਹੂਰੇ ਜੇ ਬੱਚਿਆਂ ਤੋਂ ਵੀ ਹੁਣ ਉਹਨੂੰ ਗਲਿਆਣ ਨਾ ਹੁੰਦੀ ਨਿੱਕੀਆਂ ਨਿੱਕੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਰਹਿੰਦੀ ਉਹ ਵੀ ਆਨੀ ਬਹਾਨੀ ਇਹਦੇ ਲਵੇ ਲੱਗਦੇ ਰਹਿੰਦੇ ਕੱਲ ਜਦੋਂ ਉਹ ਖਬਰ ਪੁੱਛਣ ਆਏ ਤਾਂ ਕੁਲਜੀਤ ਨੇ ਸਾਰਾ ਗਿਲਾ ਅੱਖਾਂ 'ਚ ਭਰ ਕੇ ਆਖਿਆ ਦੀਦੀ ਤੁਸੀਂ ਬਿਮਾਰ ਨਾ ਹੋਇਆ ਕਰੋ ਉਹ ਹੱਸ ਪਈ ਤੇ ਆਖਣ ਲੱਗੀ ਕਦੇ-ਕਦੇ ਮੇਰਾ ਦਿਲ ਕਰ ਆਉਂਦਾ ਹੈ ਕਿ ਤੁਸੀਂ ਖਬਰ ਪੁੱਛਣ ਆਓ ਜਿਸ ਦਿਨ ਤੁਸੀਂ ਪੀਰੀਅਡ ਨਹੀਂ ਲੈਂਦੇ ਸਾਡਾ ਸਾਰਾ ਦਿਨ ਦਿਲ ਨਹੀਂ ਲੱਗਦਾ ਤੇਜ਼ ਬੋਲਿਆ ਕਿਉਂ ਝਿੜਕਾਂ ਦੀ ਆਦਤ ਪੈ ਗਈ ਤੁਸੀਂ ਛਿੜਕਾਂ ਜਿੰਨੀਆਂ ਮਰਜ਼ੀ ਦੇ ਲਿਆ ਕਰੋ ਪਰ ਘਰ ਨਾ ਰਿਆ ਕਰੋ ਉਹ ਸੋਚਦੀ ਇੱਕ ਇਹ ਨਹੀਂ ਇੱਕ ਤੂੰ ਹੈ ਜਿਹੜਾ ਕਦੇ ਯਾਦ ਵੀ ਨਹੀਂ ਕਰਦਾ ਠੀਕ ਤੇਰੀਆਂ ਮਜਬੂਰੀਆਂ ਹੋਣਗੀਆਂ ਪਰ ਬਹੁਤਾ ਕੁਝ ਤੇ ਭੜਿਆ ਮੈਂ ਮੰਗਿਆ ਵੀ ਨਹੀਂ ਸੀ ਔਰਤ ਨੂੰ ਤੇ ਬਸ ਇੱਕ ਝੂਠੀ ਜੀ ਤਸੱਲੀ ਕਾਫੀ ਹੁੰਦੀ ਹੈ ਕਿ ਉਹਨੂੰ ਚਾਹੁੰਦਾ ਹੈ ਫਿਰ ਉਹਦੀਆਂ ਮਜਬੂਰੀਆਂ ਦੀ ਵੀ ਲਾਜ ਰੱਖ ਲੈਂਦੀ ਕਿੰਨੇ ਕਿੰਨੇ ਦਿਨ ਉਹ ਉਹਨੂੰ ਯਾਦ ਕਰਦੀ ਕਦੇ ਉਹਦੀ ਯਾਦ ਨੂੰ ਲਾਂਬੇ ਦਿੰਦੀ ਕਦੇ ਉਹਦੇ ਗਲ ਲਾ ਕੇ ਰੋਂਦੀ ਪਰ ਜਦੋਂ ਕੋਈ ਹੰਗਾਰਾ ਨਾ ਦਿੰਦੀ ਤਾਂ ਉਹਦੀ ਕਲਪਨਾਇਕ ਜ਼ਹਿਰ ਦਾ ਘੁੱਟ ਭਰਦੀ ਤੇ ਅੰਗ ਸਿੱਥਲ ਹੋਣ ਲੱਗ ਜਾਂਦੇ ਉਸ ਵੇਲੇ ਨਿੱਕੇ-ਨਿੱਕੇ ਮੂੰਹਾਂ ਨੂੰ ਹਾਕ ਮਾਰਦੇ ਤੇ ਉਹਦਾ ਮੂੜ ਜ਼ਿੰਦਗੀ ਨਾਲ ਰਿਸ਼ਤਾ ਗੰਢ ਦਿੰਦੇ ਉਹਨਾਂ ਲਈ ਉਹਨਾਂ ਦੀ ਦੁਨੀਆ 'ਚ ਪਰਤ ਆਉਂਦੀ ਉਹਨਾਂ ਨਿੱਕੇ-ਨਿੱਕੇ ਮੂੰਹਾਂ ਨਾਲ ਵੱਡੀਆਂ-ਵੱਡੀਆਂ ਗੱਲਾਂ ਕਰਦੇ ਉਹ ਆਦਮੀ ਸੈਰ ਨੂੰ ਜਾਣ ਵੇਲੇ ਹਨੇਰੇ ਰਾਹ ਤੱਕ ਮੈਂ ਤੁਹਾਡੇ ਨਾਲ ਚੱਲਾਂਗੀ ਅੱਗੇ ਤੁਸੀਂ ਇਕੱਲੇ ਚਲੇ ਜਾਇਓ ਮੈਂ ਮੁੜਾਵਾਂਗੀ ਕਦੇ ਕਹਿੰਦੀ ਚਲੋ ਆਪਾਂ ਤਕਦੀਰ ਦੇ ਘਰ ਅੱਗੇ ਭੁੱਖ ਹੜਤਾਲ ਕਰ ਦਈਏ ਤੇ ਫਿਰ ਹੱਸ ਪੈਂਦੀ ਗੱਲ ਤਾਂ ਖਬਰੇ ਸਮਝ ਦੇ ਕੇ ਨਾ ਉਹਦੀ ਖਾਤਰ ਹੱਸ ਪੈਂਦੇ ਜਿਹੜੀ ਉਹਨਾਂ ਦੇ ਨਾਲ ਹੱਸਦੀ ਉਹਨਾਂ ਦੀ ਖਾਤਰ ਸੋਹਣੇ ਕੱਪੜੇ ਪਾਉਂਦੀ ਉਹਨਾਂ ਦੀ ਖਾਤਰ ਅਫਸਰਾ ਨਾਲ ਲੜ 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 ਰਿਆਇਤਾ ਮੰਗਦੀ ਸੀ ਜਿਹਨੂੰ ਇਹਨੇ ਚਾਇਆ ਸੀ ਉਹ ਤੇ ਉਹਦਾ ਹੱਥ راہ ਵਿੱਚ ਹੀ ਛੱਡ ਗਿਆ ਸੀ ਉਨੇ ਤਾਂ ਆਪਣਾ ਮੂੰਹ ਮਜਬੂਰੀਆਂ ਦੇ ਪੱਲੇ ਨਾਲ ਢੱਕ ਲਿਆ ਸੀ ਪਰ ਇਨਿੱਕੇ-ਨਿੱਕੇ ਮੂੰਹ ਹੁਣ ਉਹਦੀਆਂ ਵੱਡੀਆਂ-ਵੱਡੀਆਂ ਭੁੱਖਾਂ ਦਾ ਜਵਾਬ ਬਣ ਖਲੋਤੇ ਸਨ ਤੁਸੀਂ ਆਪਣੀ ਬਿਮਾਰੀ ਮੈਨੂੰ ਦੇ ਦਿਓ ਬਿੱਲੂ ਨੇ ਅੱਖਾਂ ਝੁਕਾ ਕੇ ਆਖਿਆ ਤੁਹਾਡੇ ਬਿਮਾਰ ਹੋਣ ਨਾਲ ਤਾਂ ਬਹੁਤੀਆਂ ਜਣੀਆਂ ਦਾ ਨੁਕਸਾਨ ਹੁੰਦਾ ਹੈ ਪਿੱਛੋਂ ਇਹ ਆਖ ਉਸ ਆਪਣੀ ਕਹੀ ਹੋਈ ਗੱਲ ਨੂੰ ਢੱਕ ਲਿਆ ਚੰਦਰਿਆ ਤੂੰ ਤੇ ਮੈਨੂੰ ਬਹੁਤ ਹੀ ਪਿਆਰਾ ਹੈ ਆਪਣੀ ਬਿਮਾਰੀ ਤੈਨੂੰ ਕਿਵੇਂ ਦੇ ਦਿਆਂ ਉਹ ਕਿੰਨਾ ਚਿਰੋ ਦੇ ਮੂੰਹ ਵੱਲ ਤੱਕਦਾ ਰਿਹਾ ਜਿਵੇਂ ਉਹਨੂੰ ਇਤਬਾਰ ਨਾ ਆ ਰਿਹਾ ਹੋਵੇ ਕਿ ਐਡੇ ਸੋਹਣੇ ਲਫ਼ਜ਼ ਦੀਦੀ ਨੇ ਉਹਦੇ ਲਈ ਆਖੇ ਆ। ਕੱਲ ਤੱਕ ਤਾਂ ਠੀਕ ਹੋ ਜਾਓਗੇ ਬੰਸੀ ਨੇ ਪੁੱਛਿਆ। ਜੇ ਨਾ ਵੀ ਠੀਕ ਹੋਈ ਤੁਹਾਨੂੰ ਤਾਂ ਫੇਰ ਵੀ ਪੜਾਵਾਵਾਂਗੇ। ਤੁਸੀਂ ਪੜਾਇਓ ਭਾਵੇਂ ਨਾ ਪਰ ਆ ਜ਼ਰੂਰ ਜਾਇਓ। ਸਾਨੂੰ ਤਸੱਲੀ ਹੋ ਜਾਏਗੀ ਕਿ ਤੁਸੀਂ ਰਾਜ਼ੀ ਹੋ ਤੇਜ਼ ਬੋਲਿਆ। ਉਹਦਾ ਦਿਲ ਕਰੇ ਉਹਨਾਂ ਨੂੰ ਆਖ ਦੇਵੇ ਭੈੜਿਓ। ਕਾ ਨੂੰ ਮੋਹ ਦੀਆਂ ਇਤੰਦਾ ਮੇਰੇ ਦੁਆਲੇ ਵਲਦੇਓ। ਫਿਰ ਤੁਸੀਂ ਉਹਦੇ ਵਾਂਗ ਇੱਕ ਦਿਨ ਤੁਰ ਜਾਓਗੇ। ਵੱਡੀ ਸਾਰੀ ਦੁਨੀਆ 'ਚ ਖੋ ਜਾਓਗੇ। ਪਰ ਮੈਂ ਇਥੇ ਖਲੋਤੀ ਕਦੇ ਉਹਨਾਂ ਰਾਹਾਂ ਵੱਲ ਤੱਕਿਆ ਕਰਾਂਗੀ ਜਿਨ੍ਹਾਂ ਤੋਂ ਦੀ ਤੁਰ ਕੇ ਤੁਸੀਂ ਮੇਰੇ ਕੋਲ ਆਏ ਸੀ ਤੇ ਕਦੇ ਉਹਨਾਂ ਰਾਹਾਂ ਵੱਲ ਤੱਕਿਆ ਕਰਾਂਗੀ ਜਿਨ੍ਹਾਂ ਤੋਂ ਦੀ ਤੁਰ ਕੇ ਤੁਸੀਂ ਮੇਰੇ ਕੋਲੋਂ ਦੂਰ ਚਲੇ ਜਾਓਗੇ ਫਰ ਉਹ ਕੁਛ ਨਾ ਬੋਲੀ ਅਜੇ ਤਾਂ ਉਹਨਾਂ ਦੇ ਬੋਲ ਉਹਨੂੰ ਜਿਉਣ ਦਾ ਬਲ ਦਿੰਦੇ ਸਨ ਅਜੇ ਤਾਂ ਉਹਨਾਂ ਦੇ ਮੂੰਹ ਜਿਉਂਦੀ ਹੋਣ ਦੀ ਯਾਦ ਕਰਾਉਂਦੇ ਸਨ ਤੇ ਸੋਚਦੀ ਕਦੇ ਇਹਨਾਂ ਦੇ ਪਿਆਰ ਦਾ ਮੋੜਵਾ ਉੱਤਰ ਮੈਂ ਦੇ ਸਕਾਂ ਕਦੇ ਕਦੀ ਉਹਨਾਂ ਦੇ ਕੋਲ ਬੈਠਿਆ ਬੈਠਿਆ ਉਹ ਉਸ ਬੇਦਰਦੀ ਬਾਰੇ ਸੋਚਣ ਲੱਗ ਜਾਂਦੀ ਤਾਂ ਆਪਣੇ ਮਨ ਨੂੰ ਝਿੜਕਦੀ ਕਿ ਕਿਉਂ ਕਿਉਂ ਇਹ ਨਾ ਸੋਹਣੇ ਮੂੰਹਾਂ ਦੀ ਤੋਹੀਨ ਕਰ ਰਹੀ ਏ ਉਹ ਸੋਚਦੀ ਭੈੜਿਆ ਕਦੇ ਆ ਤੈਨੂੰ ਦਿਖਾਵਾਂ ਕਿ ਜਿਹਦੇ ਖਿਆਲ ਨੂੰ ਤੂੰ ਬੇਲੋੜਾ ਜਾਣ ਸੁੱਟ ਪਾਇਆ ਓਸੇ ਦੇ ਖਿਆਲ ਨੂੰ ਹੀ ਨਾ ਕਿਵੇਂ ਦਿਲ ਨਾਲ ਲਾਇਆ ਹੋਇਆ ਆਪਣੀ ਹਾਰ ਭੁੱਲਣ ਲਈ ਮੇਰੀ ਇਹ ਖੁਸ਼ਫਹਿਮੀ ਸਹੀ ਪਰ ਇਹ ਖੁਸ਼ਫਹਿਮੀ ਮੈਨੂੰ ਉਹਨਾਂ ਘੋਮਣ ਕੇਰੀਆਂ 'ਚੋਂ ਹਾਕ ਮਾਰ ਲਿਆਉਂਦੀ ਏ ਜਿਨ੍ਹਾਂ 'ਚ ਕਈ ਵਾਰੀ ਮੈਂ ਬੋਂਦਲ ਜਾਨੀ ਆ। ਕੱਲ ਜਦੋਂ ਅਜੇ ਬੈਠੀ ਸੀ ਕਿ ਗਵਾਂਡੀਆਂ ਦੇ ਨਿੱਕੇ ਜਿਹੇ ਪੁੱਤਰ ਨੇ ਉਹਦੀ ਗੱਲ ਬਾਵਾ ਪਾ ਕੇ ਆਖਿਆ ਆਂਟੀ ਤੂੰ ਅੱਛੀ ਐ ਮਾਮਾ ਗੰਦੀ ਐ ਉਹ ਮਾਰਦੀ ਐ ਮੈਂ ਮਾਮਾ ਸੇ ਨਹੀਂ ਤੇਰੇ ਸੇ ਸ਼ਾਦੀ ਕਰੂੰਗਾ। ਸਾਰੇ ਹੱਸ ਪਏ। ਅਸੀਂ ਤਾਂ ਉੰਜ ਹੀ ਵੱਡੇ ਹੋ ਗਏ। ਮੁੰਨੇ ਵੱਲ ਤੱਕਦਿਆਂ ਸਲੀਮ ਨੇ ਆਖਿਆ ਉਹ ਸੋਚਣ ਲੱਗੀ ਮਮਤਾ ਦੇ ਗੱਲ ਲੱਗਣ ਲਈ। ਵਾਵਾਂ ਦੀ ਇਦਰੇ ਬੇਕਰਾਰੀ ਤੇ ਜਿਹੜੀ ਮਾਂ ਧਰਮ ਸਮਾਜ ਤੇ ਲੋਕਾਚਾਰ ਤੋਂ ਡਰਦੀ ਇਹਨੂੰ ਪਾਪ ਦੀ ਪੰਡ ਸਮਝ ਰਾਤ ਦੇ ਹਨੇਰੇ ਦਾ ਸਹਾਰਾ ਲੈ ਕੇ ਸੁੰਨੀ ਸੜਕ ਤੇ ਸੁੱਟ ਗਈ ਉਹ ਖਬਰੇ ਕਿੰਨੀ ਵਾਰੀ ਅੰਦਰ ਵੜ ਵੜ ਕੇ ਰੋਂਦੀ ਹੋਣੀ ਹੈ ਫਿਰ ਉਹਨੇ ਰੀਤਾ ਦੇ ਮੂੰਹ ਹਲ ਤੱਕਿਆ ਜਿਹੜੀ ਕਿਸੇ ਅਤ ਹੁਸੈਨ ਮਾਂ ਦੀ ਧੀ ਦਿੱਸਦੀ ਸੀ ਜਿਹਦਾ ਪਿਓ ਲੜਾਈ ਚ ਮਾਰਿਆ ਗਿਆ ਸੀ ਤੇ ਜਿਹਦੀ ਮਾਂ ਗਮ ਨਾਲ ਮਰ ਗਈ ਸੀ ਫਿਰ ਉਹਨੂੰ ਪਰਮਜੀਤ ਦਾ ਖਿਆਲ ਆਇਆ ਜਿਹੜਾ ਕਿੰਨੇ ਚਿਰ ਤੋਂ ਚੁੱਪਚਾਪ ਉਹਦੇ ਵੱਲ ਤੱਕੀ ਜਾ ਰਿਹਾ ਸੀ ਆਜਾ ਪੰਮੀ ਮੇਰੇ ਕੋਲ ਆ ਕੇ ਬੈਠ ਜਾ ਉਹ ਬੋਲੀ ਇਸ ਤਰ੍ਹਾਂ ਉਹਨਾਂ ਨਿੱਕੇ ਨਿੱਕੇ ਮੂੰਹਾਂ ਦੀ ਦੁਨੀਆ 'ਚ ਉਹ ਆਪਣਾ ਵੱਡਾ ਸਾਰਾ ਗਮ ਭੁਲਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਜਿਹੜਾ ਉਹਦੇ ਬੜਾ ਖੜੇ ਪੈ ਗਿਆ ਸੀ ਜਦੋਂ ਸਾਰੇ ਜਣੇ ਉੱਠ ਕੇ ਜਾਣ ਲੱਗੇ ਬਿੱਲੂ ਨੇ ਖਬਰੇ ਉਹਦੀ ਵੱਲ ਕਿਵੇਂ ਤੱਕਿਆ ਕਿ ਉਹ ਬੋਲੀ ਬਿੱਲੂ ਮੇਰੀ ਦਵਾਈ ਲਿਆ ਕੇ ਚਲਾ ਜਾਏ ਉਹਨੇ ਬਾਕੀਆਂ ਵਾਲੇ ਉਹ ਦੇਖਿਆ ਜਿਵੇਂ ਜਮਾਤ ਦਾ ਮੋਨੀਟਰ ਬਣ ਗਿਆ ਹੋਵੇ ਦਵਾਈ ਤੋ ਛਟਪਟ ਲੈ ਆਇਆ ਪਰ ਫਿਰ ਝਿਜਕਦਾ ਬੋਲਿਆ ਦੀਦੀ ਮੈਂ ਕੁਛ ਰ ਹੋਰ ਬੈਠ ਜਾਵਾਂ ਉਹਨੇ ਕੋਈ ਜਵਾਬ ਨਾ ਦਿੱਤਾ ਪਰ ਉਹਨੂੰ ਲੱਗਾ ਉਹਦੇ ਗਾਮ ਨੂੰ ਉਹ ਕਿੰਨਾ ਵੱਡਾ ਉਲੰਭਾ ਦੇ ਗਿਆ ਦੀਦੀ ਇੱਕ ਗੱਲ ਪੁੱਛਾ ਪੁੱਛ ਲੈ ਜੇ ਕਿਸੇ ਦੇ ਮਨ ਚ ਕੋਈ ਗੱਲ ਹੋਏ ਉਹ ਆਖ ਦੇਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਹੈ ਜਾਂ ਨਹੀਂ ਇਹ ਤਾਂ ਮੈਨੂੰ ਪਤਾ ਨਹੀਂ ਪਰ ਤੂੰ ਜੋ ਕਹਿਣਾ ਕਹ ਲੈ ਉਹ ਹੱਸ ਕੇ ਬੋਲੇ ਤੁਸੀਂ ਮੈਨੂੰ ਬਹੁਤ ਅੱਛੇ ਲੱਗਦੇ ਹੋ ਮੈਨੂੰ ਹੀ ਨਹੀਂ ਬਾਕੀ ਵੀ ਇਹੀ ਕਹਿੰਦੇ ਨੇ ਪਰ ਤੁਹਾਡੇ ਕੋਲੋਂ ਡਰ ਵੀ ਬੜਾ ਲੱਗਦਾ ਰਹਿੰਦਾ। ਉਹਨੂੰ ਖਿਆਲ ਆਇਆ ਇੱਕ ਦਿਨ ਉਹ ਵੀ ਕਹਿੰਦਾ ਸੀ ਤੂੰ ਮੈਨੂੰ ਬੜੀ ਚੰਗੀ ਲੱਗਦੀ ਹੈ ਪਰ ਤੇਰੇ ਕੋਲੋਂ ਡਰ ਡਰਦਾ ਰਹਿਣਾ। ਇੱਕ ਸਿਆਹੀ ਉਹਦੇ ਨਕਸ਼ੇਾਂ ਤੇ ਫਿਰ ਗਈ ਕਿ ਕਿਉਂ ਸਭ ਦੇ ਸਭ ਜਿਹੜੇ ਉਹਨੂੰ ਪਿਆਰ ਕਰਦੇ ਨੇ ਉਹਦੇ ਕੋਲੋਂ ਡਰਨ ਲੱਗ ਜਾਂਦੇ ਨੇ। ਉਹ ਕਿਉਂ ਉਹਨੂੰ ਆਪਣੇ ਵਰਗੇ ਨਹੀਂ ਸਮਝਦੇ। ਬਿਲਕੁਲ ਸੱਚਮੁੱਚ ਏਡੀ ਭੇੜੀਆਂ ਕਿ ਤੁਸੀਂ ਮੇਰੇ ਕੋਲੋਂ ਡਰਦੇ ਹੋ। ਦੀਦੀ ਭੇੜਿਆਂ ਤੋਂ ਕੌਣ ਡਰਦਾ ਹੁੰਦਾ ਹੈ? ਦਰੋਗਾ ਸਾਹਿਬ ਇੰਨੀ ਗਾਲਾਂ ਕੱਢ ਲੈਂਦੇ ਨੇ ਵੱਡੇ ਗਰੰਥੀ ਜੀ ਪਾਠ ਨਾ ਯਾਦ ਹੋਣ ਤੇ 10-10 ਰੂਲ ਮਾਰਦੇ ਨੇ ਪਰ ਉਹਨਾਂ ਤੋਂ ਕੋਈ ਡਰਦਾ ਥੋੜਾ ਇਹਨੂੰ ਖਿਆਲ ਆਇਆ ਕਿ ਲੋਕੀ ਠੀਕ ਹੀ ਆਖਦੇ ਐ ਕਿ ਯਤੀਮ ਬੱਚੇ ਜਾਂ ਤਾਂ ਆਪਣੀ ਉਮਰ ਨਾਲੋਂ ਬਹੁਤ ਅਗਾਹ ਨਿਕਲ ਜਾਂਦੇ ਐ ਜਾਂ ਪਿਛਾ ਰਹਿ ਜਾਂਦੇ ਐ ਤੁਹਾਨੂੰ ਮੇਰੇ ਕੋਲੋਂ ਡਰ ਕਿਉਂ ਲੱਗਦਾ ਦੀਦੀ ਪਤਾ ਨਹੀਂ ਕਿਉਂ ਪਿਛੋ ਪਿਛੋ ਤਾਂ ਸਾਰੇ ਕਹਿਣਗੇ ਸਾਡੀ ਦੀਦੀਏ ਕਿੰਨੇ ਸੋਹਣੇ ਵਾਲ ਨੇ ਕਿੱਡੇ ਸੋਹਣੇ ਹੱਥ ਉਹਦੀ ﺍﻟमारी ਕਿਤਾਬਾਂ ਨਾਲ ਭਰੀ ਹੋਈ ਏ ਉਹਦੇ ਕੋਲੋਂ ਤਾਂ ਦਰੋਗਾ ਸਾਹਿਬ ਵੀ ਡਰਦੇ ਨੇ ਤੇ ਜਦੋਂ ਅਜੇ ਤੁਸੀਂ ਕਮਰੇ 'ਚ ਆਏ ਨਹੀਂ ਹੁੰਦੇ ਕੋਈ ਮੁੰਡਾ ਆਪਣੇ ਝੱਗੇ ਨਾਲ ਕੁਰਸੀ ਝਾੜ ਆਉਂਦਾ ਕੋਈ ਬਿੱਲੂ ਵੀ ਕੋਈ ਹੋਰ ਗੱਲ ਕਰ ਉਹਦੀ ਗੱਲ ਟੋਕ ਕੇ ਬੋਲੀ ਹੋਰ ਗੱਲ ਦੀਦੀ ਕਹਿੰਦੇ ਨੇ ਹਸਪਤਾਲ 'ਚ ਮਾੜਿਆਂ ਬੰਦਿਆਂ ਦੇ ਦੂਜਿਆਂ ਦਾ ਖੂਨ ਪਾ ਕੇ ਤਕੜੇ ਕਰ ਦਿੰਦੇ ਨੇ ਤੁਸੀਂ ਮੇਰਾ ਖੂਨ ਪਵਾ ਲੋ ਉਹ ਹੈਰਾਨੀ ਨਾਲ ਉਹਦੇ ਮੂੰਹ ਹਲ ਤੱਕਦੀ ਰਹੀ ਫਿਰ ਅੱਖਾਂ ਚੁਕਾ ਲਈਆਂ ਜਿਵੇਂ ਕਹਿੰਦੀ ਹੋਵੇ ਜਿਉਣ ਜੋ ਗਿਆ ਤੂੰ ਕੀ ਪਿਆ ਕਹਿਣਾ ਮੈਂ ਖੂਨ ਪਵਾ ਲਵਾਂ ਤੇਰਾ ਖੂਨ ਨਹੀਂ ਬਿੱਲੂ ਮੈਂ ਉੰਜੀ ਤਕੜੀ ਹੋ ਜਾਾਂਗੀ ਉਹਦੇ ਹੱਥ ਨੂੰ ਘੁੱਟਦੀ ਹੋਈ ਬੋਲੀ ਉਹ ਰੋ ਪਿਆ ਤੇ ਨਾਲ ਹੀ ਆਖਣ ਲੱਗਾ ਦੀਦੀ ਲੋਕੀ ਕਹਿੰਦੇ ਨੇ ਤੁਹਾਨੂੰ ਤਪਤਿਕ ਹੋ ਗਈ ਏ ਤੇ ਤੁਸੀਂ ਮਰ ਜਾਓਗੇ ਇੱਕ ਹੂ ਕੋ ਉਹਦੇ ਕਾਲਜੋਂ ਉੱਠੀ ਕਿ ਉਹ ਏ ਜਿਹਦੀ ਖਾਤਰ ਉਹਨੇ ਜਿੰਦ ਖੋਹ ਲਈ ਏ ਕੇ ਨੇ ਜੋ ਆਪਣਾ ਲਹੂ ਪਾ ਕੇ ਉਹਨੂੰ ਬਚਾਉਣਾ ਲੋੜਦੇ ਨੇ ਉਸ ਵੇਲੇ ਉਹਨੇ ਉਸ ਰੱਬ ਅੱਗੇ ਜਿਹਨੂੰ ਉਹਨੇ ਚਿਰੋਕਣਾ ਭੁਲਾ ਰੱਖਿਆ ਸੀ ਸਿਰ ਝੁਕਾਇਆ ਤੇ ਆਖਿਆ ਕਿ ਉਹਨੂੰ ਬਲ ਦੇਵੇ ਕਿ ਉਹ ਉਸ ਬੇਦਰਦੀ ਨੂੰ ਭੁੱਲ ਇਹਨਾਂ ਦੀ ਖਾਤਰ ਜੀ ਸਕੇ ਸਿਰ ਇਹਨਾਂ ਦੀ ਖਾਤਰ ਧੰਨਵਾਦ